ਐਤਕੀ ਵੋਟਾਂ ਚ ਕੌਣ ਖੜਾ ਹੋ ਰਿਹਾ ਤੇਰੇ ਖਿਲਾਫ? ਬਈ ਮੈਂ ਹੀ ਖੜਾ ਹੋ ਰਿਹਾ ਸਰਬਸੰਮਤੀ ਨਾਲ, ਮੌਂਟੀ ਵਰਗੇ ਵੀ ਆਪਣੇ ਨਾਲ ਹੀ ਨੇ। ਬਹਿ ਜਾ ਇੱਥੇ, ਨਹੀਂ ਵੋਟਾਂ ਚ ਬਹਿ ਜਾ। ਕਿਉਂ? ਜਦੋਂ ਹੱਥੀ ਲਾਏ ਬੂਟੇ ਦੇ ਕੰਡੇ ਲੱਗਣ ਲੱਗ ਜਾਣ ਨਾ ਤਾਂ ਉਹਨੂੰ ਛਾਂਗਣਾ ਜ਼ਰੂਰੀ ਹੋ ਜਾਂਦਾ, ਸਮਝਿਆ? ਕੀ ਗੱਲ, ਮੌਂਟੀ ਦਾ ਨਾਂ ਠੀਕ ਨਹੀਂ ਲੱਗਿਆ ਪ੍ਰਧਾਨਗੀ ਲਈ? ਗਿੱਦੜ ਦੇ ਸ਼ੇਰ ਦੀ ਖੱਲ ਪਾਉਣ ਨਾਲ ਗਿੱਦੜ ਸ਼ੇਰ ਨਹੀਂ ਬਣਦਾ। ਘਰ ਦੀ ਕੱਢੀ ਤੇ ਗੁੱਸੇ ਦੀ ਕੋਈ ਡਿਗਰੀ ਨਹੀਂ ਹੁੰਦੀ। ਜਿੰਨਾ ਬਚ ਸਕਦੇ ਹੋ ਬਚੋ ਗੁੱਸੇ ਤੋਂ। ਜੇ ਸਮੁੰਦਰ ਚ ਤੂਫਾਨ ਨਾ ਆਵੇ ਤੇ ਉਹ ਵੀ ਪਿੰਡ ਦੇ ਛੱਪੜ ਅਰਗ ਲੱਗਦਾ। ਸ਼ੁਕਰ ਕਰ ਕਾਕਾ, ਤੂੰ ਸਾਡੇ ਵੇਲੇ ਯੂਨੀਵਰਸਿਟੀ ਨਹੀਂ ਹੈਗਾ ਸੀ। ਸ਼ੁਕਰ ਤਾਂ ਤੁਸੀਂ ਮਨਾਓ ਕਿ ਤੁਹਾਡੇ ਟਾਈਮ ਚ ਸੰਧੂ ਨਹੀਂ ਸੀ। ਸੰਧੂ ਮੇਰੀ ਗੱਲ ਸੁਣ, ਸੰਧੂ ਗੱਲ ਸੁਣ। ਹੱਥ ਛੱਡ ਕਮਲ ਨਾ ਮਾਰ, ਸਹੀ ਵਕਤ ਨਹੀਂ। ਹੱਥ ਛੱਡ ਕਰਿਆਲਾ, ਮੇਰੀ ਗੱਲ ਸੁਣ। ਹੱਥ ਛੱਡ। ਸੰਧੂ ਗੱਲ ਵੱਧ ਚੁੱਕੀ, ਗੱਲ ਤਾਂ ਵੱਧ ਕੇ ਕਰਿਆਲਾ। ਪੈਂਦੀ ਬੋਲਣੇ ਦੀ ਲੋੜ ਨਹੀਂ, ਪੂਰੀ ਕਹੀ ਗੱਲ ਸਮਝਾ ਦਿੰਨੇ। ਅੱਖ ਚੱਕ ਦਣੀ ਫਿਰ ਉਹ ਦੁਬਾਰਾ ਹੱਜੀ ਨੂੰ ਦਬਕਾ ਦਿੰਨੇ। ਸੰਧੂ ਆਪਣੇ ਦੁਸ਼ਮਣ ਨੂੰ ਇਉਂ ਪਿਆਰ ਕਰਦਾ ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ। ਇਹਦੀ ਕੀ ਲੋੜ ਸੀ? ਮੇਰੇ ਹਲਕ ਚ ਰਾਤ ਦਾ ਪਾਣੀ ਨਹੀਂ ਉਤਰਿਆ ਤੇ ਤੂੰ ਕਹਿ ਰਿਹਾ ਇਹਦੀ ਕੀ ਲੋੜ ਸੀ? ਡਾਕਟਰ ਨੂੰ ਕਹਿ ਇਹਨੂੰ ਚੈੱਕ ਕਰੇ, ਸਾਲੇ ਦੀ ਕੋਈ ਹੱਡੀ ਹੁੱਡੀ ਗਿੱਲ ਤੋਂ ਘੱਟ ਤਾਂ ਨਹੀਂ ਟੁੱਟੀ?